लखबीर सिंह ने लिया जिस बंदे दा ना उसने कैमरे अगे आ कीते वड्डे खुलासे। सारा पिंड उतरिया प्रगट सिंह दे हक च। एक बार जरूर देखो ये खास खबर। सिंगू बॉर्डर ते मारे गए लखबीर सिंह दी एक वीडियो बड़ी तेजी नाल सोशल मीडिया ते वायरल हो रही है, जिस विच लखबीर सिंह वल्लों एक मोबाइल नंबर दस्या जा रहा है, जिस विच लखबीर सिंह ने एक प्रगट सिंह नाम दे व्यक्ति दा मोबाइल नंबर दस्या ते कहा कि उसनु 30,000 रुपए दे के उस व्यक्ति वल्लों सिंगू बॉर्डर ते भेजा गया सी, जिस तो बाद पत्रकारां दी टीम वल्लों नंबर दी पड़ताल करदे होए पिंड हवेलिया जिला तरन तारण विखे पहुंचे नंबर चला रहे व्यक्ति प्रगट सिंह नाल गलबात की गई। तो उसने यह जरूर मनिया कि लखबीर सिंह उसके कोल शीरी का काम करता से, ते 10 दिन पहला ही लखबीर सिंह उन्होंने काम छड़ के इतों चला गया। प्रगट सिंह ने दस्या कि लखबीर सिंह 6 महीने तो उन्होंने घर में काम करता आ रहा है और वह नशे पत्ते खान का आदि से। प्रगट सिंह ने दस्या कि उन्होंने वालों कोई भी पैसा लखबीर सिंह नू नहीं दिता गया, उन्होंने गलत इल्जाम लगाए जा रहे ने। की नाम भाई तुहाडा? मेरा नाम प्रगट जी। एक भाई सोशल मीडिया ते वीडियो वायरल हो रही है लखबीर सिंह दी। ਤੁਹਾਡੇ ਵੱਲੋਂ ਉਹਨੂੰ 30,000 ਰੁਪਇਆ ਦੇ ਕੇ ਸਿੰਘੂ ਬਾਰਡਰ ਤੇ ਘੱਲਿਆ ਗਿਆ ਬੇਅਦਬੀ ਕਰਨ ਲਈ, ਕੀ ਮਾਮਲਾ ਸਰ? ਆਏ ਨਹੀਂ ਜੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਮੇਰੇ ਤੇ ਡੰਗਰਾਂ ਨੂੰ ਪੱਠੇ ਪੁੱਠੇ ਪਾਉਂਦਾ ਸੀ। ਕਿੰਨੇ ਚਿਰ ਤੋਂ ਤੁਹਾਡੇ ਕੋਲ ਕੰਮ? 4 ਮਹੀਨੇ ਹੋ ਗਏ ਹਨ। ਕੀ ਕਾਰਨ ਕੀ ਗਿਣਦੇ ਜੋ ਫਿਰ ਜਿਹੜੇ ਤੁਹਾਡੇ ਤੋਂ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਤੁਹਾਡਾ ਨਾਮ ਲਿਆ ਜਾ ਰਿਹਾ, ਨੰਬਰ ਵੀ ਦੱਸਿਆ ਜਾ ਰਿਹਾ? ਹਾਂਜੀ, ਨੰਬਰ ਹੀ ਲਿਆ ਨਾ, ਨਾ ਨਹੀਂ ਪਹਿਲਾਂ ਉਹ ਨੰਬਰ ਇੱਕ ਹੋਰ ਲਗਾ ਲੈਣ, ਮੁੜ ਕੇ ਨੇ ਮੇਰਾ ਲਿਆ ਤਾ। ਉਹਨੂੰ ਮੇਰਾ ਨੰਬਰ ਯਾਦ ਹੀ, ਆਪਣੀ ਭੈਣ ਨੂੰ ਫੋਨ ਫਾਨ ਕਰਦਾ ਸੀ ਮੇਰੇ ਫੋਨ ਤੋਂ, ਅਤੇ ਉਹ ਵੀ ਕਰਦੀ ਕਦੀ ਕਿ ਉਹਨੇ ਕਿਤੇ ਆਂਢੇ ਮੁੰਡੇ ਜਾਣਾ ਹੁੰਦਾ ਸੀ ਤਾਂ ਉਹ ਆਉਂਦੀ ਹੁੰਦੀ ਸੀ ਕਿ ਟੀਟੇ ਮੈਂ ਚਾਬੀ ਫਲਾਣੇ ਥਾਰਾ ਚੱਲੀ ਜਾਂ ਬੂਹਾ ਲਾ ਲਈ ਅਤੇ ਆਪਣਾ ਤੂੰ ਆ ਜਾਈ ਘਰ, ਸ਼ਾਮ ਸਵੇਰੇ ਆਉਣਾ ਸ਼ਾਮਾਂ ਨੂੰ ਚਲੇ ਜਾਣਾ। ਕੋਈ ਨਸ਼ੇ ਪੱਤੇ ਦਾ ਆਦੀ ਸੀ? ਨਸ਼ੇ ਪੱਤੇ ਦਾ ਆਦੀ, ਸ਼ਰਾਬ ਸ਼ੁਰੂ ਪੀਂਦਾ। ਕਿ ਜਿਵੇਂ ਇਹ ਦੱਸਿਆ ਜਾ ਰਿਹਾ ਕਿ ਇਹਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਚਾਹੀ ਹੈ, ਕੀ ਤੁਹਾਨੂੰ ਕਿਸ ਤਰ੍ਹਾਂ ਜਾਪਦਾ ਕਿ ਬੰਦਾ ਇਸ ਤਰ੍ਹਾਂ? ਨਹੀਂ ਕੁਛ ਕਹਿ ਸਕਦੇ ਕਿਉਂਕਿ ਉਹ ਇੱਥੋਂ ਗਏ ਨੂੰ ਸਾਡੇ ਘਰੋਂ 10 ਦਿਨ ਹੋ ਗਏ ਹਨ ਅਤੇ ਉੱਥੇ ਜਾ ਕੇ ਕਿਸੇ ਦੇ ਟਕੇ ਟੇਟੇ ਚੜ ਗਿਆ ਹੋਵੇ, ਮੈਂ ਕਹਿ ਨਹੀਂ ਸਕਦਾ ਇਹ ਗੱਲ। ਕੀ ਮੰਗ ਕਰਦੇ ਨੇ? ਅਸੀਂ ਦੇਖੋ ਮੰਗ ਕਰਦੇ ਹਾਂ ਕਿ ਸਾਨੂੰ ਉਹਦੇ ਤੋਂ ਜਿਹੜਾ ਬੰਦੇ ਨੇ ਉਹਨੂੰ ਖੜਿਆ ਆ ਉਹਦੀ ਪੁੱਛਗਿੱਛ ਕੀਤੀ ਜਾਵੇ ਅਤੇ ਕਿਸੇ ਨੂੰ ਨਾ ਤੰਗ ਕੀਤਾ ਜਾਵੇ, ਕਿਉਂਕਿ ਅਸੀਂ ਇਹੋ ਜਿਹੇ ਬੰਦੇ ਨਹੀਂ ਕਿ ਮਹਾਰਾਜ ਨੂੰ ਮੰਨਣ ਵਾਲੇ ਹਾਂ ਅਤੇ ਮਹਾਰਾਜ ਦੀ ਬੇਇੱਜ਼ਤੀ ਬਾਰੇ ਅਸੀਂ ਸੋਚ ਨਹੀਂ ਸਕਦੇ। ਇੱਕ ਲਖਮੀਰ ਸਿੰਘ ਦੀ ਇਹ ਵੀਡੀਓ ਵਾਇਰਲ ਹੁੰਦੀ ਜਿਹਨੂੰ ਸਿੰਘੂ ਬਾਰਡਰ 'ਤੇ ਮਾਰਿਆ ਗਿਆ ਕਿ ਮੈਂ 30,000 ਰੁਪਈਆ ਜਿਹੜਾ ਮੈਨੂੰ ਪ੍ਰਗਟ ਸਿੰਘ ਹੋਣਾ ਦਿੱਤਾ ਸੀ ਉਹਨਾਂ ਮੈਨੂੰ ਇੱਥੇ ਘੱਲਿਆ, ਅਤੇ ਕੀ ਮਾਮਲਾ ਜੀ ਸਰ? ਵੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਇਹਨੇ ਜੋਗੇ ਹੈ ਹੀ ਨਹੀਂ ਵੀ 30-30,000 ਰੁਪਈਆ ਹੀ ਉਹਨੂੰ ਦਈਏ। ਦੂਜੀ ਗੱਲ ਇਹ ਆ ਵੀ ਚਲੋ ਉਹ ਸਵੇਰੇ ਆਉਂਦਾ ਸੀ, ਸ਼ਾਮ ਨੂੰ ਚਲੇ ਜਾਂਦਾ ਸੀ, ਰੋਟੀ ਬਣਾ ਲੈ ਜਾਂਦਾ ਸੀ ਆਪਦੀ, ਪੈਗ ਲਾਉਂਦਾ ਸੀ ਜ਼ਰੂਰ, ਉਹ ਰਾਤ ਨੂੰ ਉਹ ਵੀ ਆਪਦੇ ਘਰ ਜਾ ਕੇ 20 ਰੁਪਈਏ ਲੈ ਗਿਆ, 30 ਲੈ ਗਿਆ, ਕਦੀ ਹੋਰ ਵੀ ਕਿਸੇ ਦਾ ਲਾਗੋਂ ਕੰਮ ਕਰਤਾ 10-20 ਉਹਨਾਂ ਦੇ ਉੱਤੇ, ਇਤਨਾ ਕਰਕੇ ਚਲੋ ਆਪਦਾ ਵੀ ਗੁਜ਼ਾਰਾ ਗੁਜ਼ਾਰਾ ਕਰਕੇ ਤੇ ਚਲੇ ਜਾਂਦਾ ਸ਼ਾਮ ਨੂੰ। ਕੀ ਕਾਰਨ ਗਿਣਦੇ ਜੋ ਵੀ ਜਿਹੜਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਨਾ ਜਿਹੜੀ ਇਹ ਫੋਨ ਦੀ ਗੱਲ ਜਿਹੜੀ ਨੰਬਰ ਦੀ ਆ ਉਹ ਇਹਦੀ ਭੈਣ ਵੀ ਸਾਨੂੰ ਫੋਨ ਕਰਦੀ ਹੁੰਦੀ ਸੀ, ਜਦੋਂ ਇਹਨੇ ਨਾ ਛੇਤੀ ਜਾਣਾ ਭੈਣ ਨੇ ਫੋਨ ਲਗਾ ਦੇਣਾ, ਕਦੀ ਇਹਨੇ ਫੋਨ ਕਰਕੇ ਭੈਣ ਨੂੰ ਪੁੱਛ ਲੈਣਾ ਵੀ ਤੂੰ ਕਿੱਥੇ ਆ ਜਾਂ ਮੈਂ ਅੱਜ ਆਉਣਾ ਜਾਂ ਤੂੰ ਕਿਤੇ ਜਾਣਾ ਤੇ ਨਹੀਂ, ਬਸ ਇਹ ਕੁਛ। ਇਹ ਕਦੋਂ ਦਾ ਕੰਮ ਕਰਦਾ ਸੀ ਤੁਹਾਡੇ ਕੋਲ? ਇਹਨਾਂ ਨੂੰ 6-7 ਮਹੀਨੇ, 6 ਕੀ ਹੋਏ ਸਿਰਫ, ਕਦੀ ਉਹ ਵੀ ਆ ਗਿਆ ਕਦੀ ਨਾ ਆ ਗਿਆ। ਹੋਰ ਵੀ ਕਿਤੇ ਕੰਮ ਕਰਦਾ ਸੀ ਪਿੰਡ? ਪਿੰਡ 'ਚ ਇਹਨੇ ਕਾਫੀ ਘਰਾਂ ਦਾ ਕੰਮ ਕੀਤਾ, ਕਦੀ ਕਿਸੇ ਨਾ ਕਦੀ ਕਿਸੇ ਨਾ, ਜਿੱਧਰੋਂ ਕਿਤੇ। ਨਸ਼ਾ ਪੱਤਾ ਦਾ ਆਦੀ? ਨਸ਼ੇ ਪੱਤੇ ਦਾ ਵਾਧੂ ਆਦੀ, ਜਿੱਦਾਂ ਵੀ ਆਪਣਾ ਕੋਈ ਆਤਮਾ ਕੁਤਮੂ ਕੋ ਆਮ ਹੀ ਜਿਹੜੇ ਵੀ ਜਿਸ ਤਰ੍ਹਾਂ ਹੁਣ ਉੱਥੇ ਰੌਲਾ ਪਾਇਆ ਜਾ ਰਿਹਾ ਕਿ ਇਹਨੇ ਬੇਅਦਬੀ ਕੀਤੀ ਗਈ, ਅਸੀਂ ਕਿ ਤੁਹਾਨੂੰ ਜਾਪਦਾ ਕਿ ਐਸਾ ਹੋਏਗਾ ਬੰਦਾ? ਨਹੀਂ ਨਹੀਂ ਇਹੋ ਜਿਹਾ ਨਹੀਂ ਸੀ, ਬੇਅਦਬੀ ਵਾਲਾ ਤਾਂ ਅਸੀਂ ਮੰਨਦੇ ਨਹੀਂ, ਅਸੀਂ ਤਾਂ ਟੀਵੀ ਲਾਉਂਦੇ ਹਾਂ ਤਾਂ ਉੱਠ ਕੇ ਬਾਹਰ ਆ ਜਾਂਦਾ ਸੀ ਵੀ ਮੈਂ ਪੈਗ ਲਾਇਆ, ਮੈਂ ਨਹੀਂ ਪਾਣੀ ਪੜਨੀ ਜਾਂ ਸੋਨੀ ਜਾਂ ਕਿਤਨਾ ਵੀ, ਉਸੇ ਲੁੱਟ ਕੇ ਬਾਹਰ ਆ ਜਾਂਦਾ। ਉੱਥੇ ਪਿੰਡ ਵਾਲੇ ਵੀ ਪ੍ਰਗਟ ਸਿੰਘ ਦੇ ਹੱਕ 'ਚ ਉਤਰੇ ਨੇ, ਕੀ ਕਹਿਣਾ ਹੈ ਪਿੰਡ ਵਾਲਿਆਂ ਦਾ ਤੁਸੀਂ ਵੀ ਜ਼ਰੂਰ ਸੁਣੋ। ਭੈਣ ਜੀ, ਇੱਕ ਸੋਸ਼ਲ ਮੀਡੀਆ 'ਤੇ ਲਖਬੀਰ ਸਿੰਘ ਦੀ ਵੀਡੀਓ ਵਾਇਰਲ ਹੁੰਦੀ ਆ ਜਿਸ 'ਚ ਸ਼ਰੇਆਮ ਉਹ ਨੰਬਰ ਦੱਸਣ ਦਿਆ ਹੈ ਕਿ ਇਹ ਨੰਬਰ ਪ੍ਰਗਟ ਸਿੰਘ ਦਾ ਪਿੰਡ ਹਵੇਲੀਆਂ ਦਾ ਅਤੇ ਉਹਨਾਂ 30,000 ਰੁਪਈਆ ਦੇ ਕੇ ਸਾਨੂੰ ਇੱਥੇ ਘੱਲਿਆ ਹੈ ਬੇਅਦਬੀ ਕਰਨ ਲਈ। ਬਿਲਕੁਲ ਝੂਠ ਗੱਲ ਆ, ਕਿਉਂਕਿ ਅਸੀਂ ਤਾਂ ਆਪ ਮਹਾਰਾਜ ਨੂੰ ਮੰਨਣ ਵਾਲੇ ਇਨਸਾਨ ਆ, ਪਹਿਲੀ ਗੱਲ ਆ ਵੀ ਉਹਨੇ ਜ਼ਰੂਰ ਉਹ ਰਹਿੰਦਾ ਜ਼ਰੂਰ ਸੀ, ਹੋ ਸਕਦਾ ਜਦੋਂ ਉਹਨੂੰ ਉਹਨਾਂ ਮਾਰਿਆ ਉਸ ਕੋਲ ਨਾ ਹੀ ਪ੍ਰਗਟ ਸਿੰਘ ਦਾ ਆਇਆ ਹੋਵੇ, ਅਤੇ ਇਸ ਕਰਕੇ ਉਹ ਕਹਿਣ ਡੇ 30,000 ਰੁਪਈਆ, ਅਤੇ ਉਹਨੇ ਕਦੇ 30 ਰੁਪਈਏ ਨਹੀਂ ਉਹਨੂੰ ਦਿੱਤੇ, 30,000 ਉਹਨੇ ਕਿੱਥੋਂ ਦੇ ਦੇਣਾ? ਦੂਸਰੀ ਗੱਲ, ਉਹਨੂੰ ਕੀ ਲੋੜ ਸੀ ਮਹਾਰਾਜ ਦੇ ਬੇਅਦਬੀ ਕਰ, ਉੱਥੇ ਸਿੰਘੂ ਬਾਰਡਰ 'ਤੇ ਘੱਲਣਾ ਸੀ? ਇੱਥੇ ਪਿੰਡ 'ਚ ਮਹਾਰਾਜ ਨਹੀਂ ਹੈਗੇ। ਦੂਜੀ ਗੱਲ, ਮਹਾਰਾਜ ਅਸੀਂ ਕਿਉਂ ਕਰਾਂਗੇ? ਪਰਮਾਤਮਾ ਨੂੰ ਅਸੀਂ ਨਹੀਂ ਮੰਨਣ ਵਾਲੇ, ਖਰਿਆ ਅਸੀਂ ਉਹਨਾਂ ਨਾਲੋਂ ਜ਼ਿਆਦਾ ਰੱਬ ਨੂੰ ਨਹੀਂ ਮੰਨਦੇ, ਉਹਦੇ ਬਾਣਾ ਪਾ ਕੇ ਮੰਨਦੇ ਅਸੀਂ, ਕੀ ਤਾਂ ਉਤਨਾ ਹੀ ਨਹੀਂ ਮੰਨਦੇ, ਤੁਸੀਂ ਇਹ ਦੱਸੋ ਪਹਿਲਾਂ। ਹੁਣ ਜਿਹੜੀ ਇਹ ਵੀਡੀਓ ਵਾਇਰਲ ਹੋ ਰਹੀ ਆ ਇਹਦੇ ਵਿੱਚ ਕੀ ਕਹਿਣਾ ਕੀ ਆ ਤੁਹਾਡਾ? ਸੱਚਾਈ ਕੋਈ ਵੀ ਨਹੀਂ, ਇਹ ਜੇ ਉਹਨੂੰ ਜਿੰਦਾ ਰੱਖਦੇ
ਉਹਨੂੰ ਮਾਰਿਆ ਕਿਉਂ ਇਹਨਾਂ ਨੇ? ਇਹ ਜਿੰਦਾ ਰੱਖਦੇ, ਜੇ ਉਹ ਜਿੰਦਾ ਉਹ ਬਿਆਨ ਦਿੰਦਾ ਵੀ ਮੈਨੂੰ ਇਹਨੇ ਘੱਲਿਆ ਵਾ, ਫਿਰ ਤੇ ਉਹ ਦੋਸ਼ੀ ਸਾਨੂੰ ਕੀ ਪਤਾ ਕੁੱਟ ਕੁੱਟ ਕੇ ਨਹੀਂ ਉਹਨੂੰ ਮਨਾਉਣ ਡੇ? ਅਸੀਂ ਤੇ ਆਹਨੇ ਵੀ ਉਹਨੂੰ ਕੁੱਟਿਆ ਮਾਰਿਆ ਵਾ, ਉਹ ਵਿਚਾਰੇ ਨੇ ਨਾਂ ਲਿਆ ਇਸ ਕਰਕੇ ਕਿਉਂਕਿ ਮਾਲ ਡੰਗਰ ਨੂੰ ਪੱਠੇ ਪਾਉਂਦਾ ਸੀ, ਉਹਨੂੰ ਕਿਸੇ ਦਾ ਨਾਂ ਨਹੀਂ ਆਇਆ, ਉਹਨੂੰ ਇਹਦਾ ਇਕੱਲੇ ਦਾ ਨਾਂ ਆਇਆ ਕਿਉਂ ਸਾਡੇ ਪਿੰਡ 'ਚ ਉਹ ਰਹਿੰਦਾ ਸੀ। ਫਿਰ ਚੀਮਿਆਂ 'ਚ ਬਹੁਤ ਘੱਟ ਰਹਿੰਦਾ ਸੀ, ਸਾਡੇ ਪਿੰਡ 'ਚ ਉਹ ਜ਼ਿਆਦਾ ਰਹਿੰਦਾ ਸੀ। ਅੱਜ ਤੋਂ ਮੈਨੂੰ 10 ਸਾਲ ਹੋ ਗਏ ਸਾਡੇ ਪਿੰਡ 'ਚ ਉਹਨੂੰ ਰਹਿੰਦੇ ਨੂੰ। ਇਹ ਹੋਰ ਵੀ ਕਿਸੇ ਘਰ 'ਚ ਕੰਮ ਕਰਦਾ? ਹਾਂਜੀ ਹਾਂ, ਮੈਂ ਰਿਆ ਸਿੰਘਾਂ ਦੇ ਘਰ ਕਰਦਾ ਹੁੰਦਾ ਸੀ। ਪ੍ਰਗਟ ਸਿੰਘ ਦੇ ਘਰ ਸੀਰੀ ਦਾ ਕੰਮ ਕਰਦਾ ਸੀ ਤੇ ਇਹਨਾਂ ਵੱਲੋਂ 30,000 ਰੁਪਇਆ ਦੇ ਕੇ ਘੱਲਿਆ ਗਿਆ। ਕਿਸ ਕੀ ਜਾਂਦਾ? ਕੋਈ ਪੈਸਾ ਨੀ ਲਿਆ ਇਹਨਾਂ ਤੋਂ, 6 ਮਹੀਨਿਆਂ ਦੇ ਇਹਨਾਂ ਕੋਲ ਕੰਮ ਕਰ ਰਿਹਾ ਸੀ ਤੇ ਹੁਣ ਤੇ ਉਹ ਆਪਣੇ ਵੀ ਆ ਕੇ ਕਹਿੰਦਾ ਵੀ ਮੰਡੀ 'ਚ ਲੱਗਣਾ, ਜਾ ਕੇ ਮੰਡੀ 'ਚ ਕੰਮ ਕਰਨਾ, ਇੱਥੋਂ ਹੜ ਕੇ ਚਲੇ ਗਿਆ 10-12 ਦਿਨ ਪਹਿਲਾਂ। ਫਿਰ ਕੀ ਕਾਰਨ ਗਿਣਦੇ ਜੋ ਜਿਹੜਾ ਮਤਲਬ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤੇਜ਼ੀ ਨਾਲ, ਜਿਹਦੇ ਵਿੱਚ ਨੰਬਰ ਜਿਹੜੀ ਆ ਨੰਬਰ ਜਿਹੜਾ ਪ੍ਰਗਟ ਸਿੰਘ ਦਾ ਆ ਰਿਹਾ ਨਾ ਨੰਬਰ ਤੇ, ਉਹ ਇੱਥੋਂ ਫੋਨ ਕਰਦਾ, ਜਦੋਂ ਆਪਦੇ ਘਰੋਂ ਹੀ ਫੋਨ ਲਾਉਂਦਾ, ਇਹਨੂੰ ਲਾਉਂਦਾ ਸੀ ਵੀ ਕੋਈ ਵੀ ਕੰਮ ਹੁੰਦਾ ਸੀ ਆਪਣਾ, ਇਹਨੂੰ ਜਿਹੜਾ ਫੋਨ ਕਰਦਾ ਸੀ ਆਪਦੇ ਘਰ ਇੱਥੋਂ ਫੋਨ, ਇੱਥੋਂ ਉਹਨੂੰ ਨੰਬਰ ਉਤਰਾ ਹੀ ਜਾ ਦੇ। ਕੀ ਜਾਪਦਾ ਤੁਹਾਨੂੰ ਕਿ ਵਿਅਕਤੀ ਪਾਏ ਜਿਹੜਾ ਕਿ ਬੇਅਦਬੀ ਕਰ ਰਿਹਾ, ਜਿਹੜਾ ਰੌਲਾ ਪੈ ਰਿਹਾ ਕਿ ਬੇਅਦਬੀ ਇਹਨੇ ਕੀ ਕਰਨੀ ਚਾਹੀਦੀ ਆ, ਕੀ ਜਾਪਦਾ ਤੁਹਾਨੂੰ? ਤੁਹਾਡੇ ਕੋਲ ਤਾਂ ਇੱਥੇ ਰਹਿੰਦਾ ਰਿਹਾ, ਇਹਦੀ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਹੈ, ਇਹਦਾ ਪਤਾ ਕਰੋ ਵੀ ਇੱਕ ਤਰ੍ਹਾਂ ਜਾਇਜ਼ ਮਾਰਿਆ ਗਿਆ, ਨਜਾਇਜ਼ ਮਾਰਿਆ ਗਿਆ, ਇਹਦੇ ਨਾਂ 'ਤੇ ਵੀ ਕੋਈ ਵੀਡੀਓ ਵਾਇਰਲ ਹੋਈ ਆ ਜਿਹਦੇ 'ਚ ਇਹਨੇ ਕੋਈ ਗ੍ਰੰਥ ਸਾਹਿਬ ਚੁੱਕਿਆ ਹੋਇਆ, ਕੋਈ ਕਿਸੇ ਤਰ੍ਹਾਂ ਦਾ ਪਰੂਫ ਨਹੀਂ ਬਣ ਰਿਹਾ ਕੋਈ ਵੀ, ਇਹਦਾ ਪਤਾ ਲੱਗਣਾ ਚਾਹੀਦਾ ਵੀ ਕਿਉਂ ਮਾਰਿਆ, ਕਿਹੜੀ ਗੱਲੋਂ ਮਾਰਿਆ, ਜਾਣ ਬੁੱਝ ਕੇ ਨਹੀਂ ਮਾਰਿਆ। ਤਰਨ ਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਨ ਨਾਲ ਰਿੰਪਲ ਗੋਲਨ ਦੀ ਰਿਪੋਰਟ। ਫਗਵਾੜੇ ਦਾ ਸਿੰਘ ਟ੍ਰੋਨਿਕ ਪੰਜਾਬ ਵਿੱਚ ਸਭ ਤੋਂ ਸਸਤਾ ਬਣਿਆ ਮੋਬਾਈਲਾਂ ਦਾ ਸਟੋਰ, ਜਿੱਥੇ ਐਪਲ, ਸੈਮਸੰਗ, ਵੀਵੋ, ਓਪੋ, ਰੀਅਲਮੀ, MI ਦੇ ਫੋਨ ਆਨਲਾਈਨ ਨਾਲੋਂ ਵੀ ਸਸਤੇ ਮਿਲਦੇ ਹਨ। ਇੱਥੇ ਕੋਈ ਵੀ ਨਵਾਂ ਫੋਨ ਖਰੀਦੋ, ਨਾਲ ਪਾਓ ਫ੍ਰੀ ਗਿਫਟ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਘੱਟ ਰੇਟਾਂ ਤੇ ਮੋਬਾਈਲ ਰਿਪੇਅਰ ਵੀ ਕੀਤੀ ਜਾਂਦੀ ਹੈ। ਫਗਵਾੜਾ ਦੇ 20 ਕਿਲੋਮੀਟਰ ਦੇ ਏਰੀਆ ਵਿੱਚ ਫਾਈਨੈਂਸ ਦੀ ਸੁਵਿਧਾ ਵੀ ਉਪਲਬਧ ਹੈ। ਸਿੰਗਟ੍ਰੋਨਿਕ ਤੋਂ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਫੋਨ ਖਰੀਦ ਸਕਦੇ ਹੋ, ਨਾਲ ਮਿਲਣਗੇ ਆਕਰਸ਼ਿਤ ਗਿਫਟ। ਇੱਥੇ ਸੈਕਿੰਡ ਹੈਂਡ ਫੋਨ ਤੇ ਮੋਬਾਈਲਾਂ ਦੀ ਹਰ ਤਰ੍ਹਾਂ ਦੀ ਅਸੈਸਰੀ ਵੀ ਮਿਲਦੀ ਹੈ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਗਟ੍ਰੋਨਿਕਸ ਮੋਬਾਈਲਸ ਗੈਜਟਸ ਐਂਡ ਰਿਪੇਅਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਕਾਲ ਕਰੋ 98141-0824, 98552-22000।